ਸਤ ਸ੍ਰੀ ਅਕਾਲ ਦੋਸਤੋ ਟੈਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੀ ਸਿਆਸਤ ਨਾਲ ਜੁੜੀ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਤੇ ਪੋਲੀਟਿਸ਼ੀਅਨ ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਅਪਡੇਟ ਦੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਇਸ ਟਾਈਮ ਪੂਰੇ ਪੰਜਾਬ ਵਿੱਚ ਉਮੀਦਵਾਰਾਂ ਵੱਲੋਂ ਜੋਰਾਂ ਛੋਰਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਮਾਨਸਾ ਹਲਕੇ ਵਿੱਚ ਵੀ ਸਿੱਧੂ ਮੂਸੇਵਾਲਾ ਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤੇ ਹੁਣ ਮਾਨਸਾ ਹਲਕੇ ਵਿੱਚ ਸਿੱਧੂ ਮੂਸੇਵਾਲੇ ਦੇ ਵਿਰੋਧੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਵਿਜੇ ਸਿੰਘਲਾ ਨੇ ਵੀ ਸਿੱਧੂ ਮੂਸੇਵਾਲਾ ਨੂੰ ਸਪੋਰਟ ਕੀਤੀ ਹੈ ਜਿਸ ਦੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤੇ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲੇ ਦਾ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਅਜੇ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਉਹ ਨਵੇਂ-ਨਵੇਂ ਹਨ ਦੋਸਤੋ ਉਮੀਦਵਾਰਾਂ ਦੇ ਇਹਨਾਂ ਬਿਆਨਾਂ ਤੋਂ ਤਾਂ ਹੀ ਲੱਗ ਰਿਹਾ ਹੈ ਕਿ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਸਿੱਧੂ ਮੂਸੇਵਾਲਾ ਵਿੱਚ ਕੋਈ ਕਮੀ ਨਹੀਂ ਲੱਭ ਰਹੀ ਤੇ ਇਸੇ ਕਰਕੇ ਉਹ ਸਿੱਧੂ ਮੂਸੇਵਾਲਾ ਨੂੰ ਕੁਝ ਵੀ ਗਲਤ ਨਹੀਂ ਬੋਲ ਰਹੇ ਨੇ ਕਰਨਾ ਹੈ ਕਿ ਉਹਨਾਂ ਨੂੰ ਕਿਹੜੇ ਉਮੀਦਵਾਰ ਵਧੀਆ ਲੱਗਦਾ ਹੈ ਆਓ ਹੁਣ ਤੁਹਾਨੂੰ ਵੀ ਦਿਖਾਉਣੀ ਹੈ ਡਾਕਟਰ ਵਿਜੇ ਸਿੰਘਲਾ ਦੀ ਇਹ ਪੂਰੀ ਵੀਡੀਓ ਕੀ ਸੁਨੇਹਾ ਦੇਣਾ ਚਾਹੋਗੇ ਤੁਹਾਡੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਜਿਨ੍ਹਾਂ ਦੀ ਫੈਨ ਫੋਲੋਇੰਗ ਆਪਾਂ ਕਹਿ ਸਕਦੇ ਹਾਂ ਪੰਜਾਬ ਨਹੀਂ ਦੇਸ਼ ਦੁਨੀਆ ਦੇ ਵਿੱਚ ਹੈ ਉਹ ਉਹਨਾਂ ਨੂੰ ਕਿਵੇਂ ਦੇਖਦੇ ਹੋ ਵੀ ਕਿਵੇਂ ਉਹਨਾਂ ਨਾਲ ਲੜਾਈ ਲੜਾਈ ਕਿਵੇਂ ਲੜਾਉਂਦੇ ਨਹੀਂ ਨਹੀਂ ਉਹ ਚੰਗਾ ਮੁੰਡਾ ਹੈ ਮੇਰੀਆਂ ਵੈਸਟ ਬਿਸ਼ਸ ਆ ਉਸ ਲਈ ਯੰਗ ਹੈ ਮੇਰਾ ਤਾਂ ਪੇਸ਼ੈਂਟ ਵੀ ਰਿਹਾ ਮੇਰੇ ਕੋਲ ਆਉਂਦਾ ਜਾਂਦਾ ਵੀ ਹਾਂਜੀ ਕੋਈ ਅਸੀ ਗੱਲ ਨਹੀਂ ਹੈ ਮਤਲਬ ਅਸੀਂ ਤਾਂ ਸਿਧਾਂਤਕ ਲੜਾਈ ਹੈ ਸਿਧਾਂਤਕ ਲੜਾਈ ਹੈ ਪ੍ਰਿੰਸੀਪਲ ਦੀ ਲੜਾਈ ਅਸੀਂ ਲੜ ਰਹੇ ਹਾਂ ਉਹ ਵੀ ਲੜ ਰਹੇ ਨੇ ਵਧੀਆ ਗੱਲ ਹੈ ਤੇ ਬਹੁਤ ਇੱਕ ਆਪਣਾਪਨ ਹੈ ਵੋਟਰਾਂ ਨਾਲ ਇੱਕ ਸਾਡੀ ਮਾਨਸਾ ਹਲਕੇ ਦੀ ਇਹ ਆਵਾਮ ਨਾਲ ਸਤਿਕਾਰਯੋਗ ਸਾਰੇ ਜਿਹੜੇ ਸਾਡੇ ਵੋਟਰ ਹੈ ਜਾਂ ਜਿੰਨੇ ਵੀ ਸ਼ਹਿਰੀ ਨੇ ਜਿੰਨੇ ਵੀ ਸਾਡੇ ਪਿੰਨਾਂ ਵਾਲੇ ਸਾਰੇ ਮਿੱਤਰ ਨੇ ਉਹਨਾਂ ਨਾਲ ਇੱਕ ਬੜੀ ਆਪਣਤਾ ਹੈ ਨਾ ਪਿਆਰ ਹੈ ਔਰ ਸਾਂਝ ਹੈ ਇਹ ਸੈਲੀਬ੍ਰਿਟੀ ਕਲਚਰ ਕਾਫੀ ਪਹਿਲਾਂ ਸ਼ੁਰੂ ਹੋਇਆ ਵੈਸੇ ਰਾਜਨੀਤੀ ਜਾ ਆਮ ਆਦੀ ਪਾਰਟੀ ਚ ਬਹੁਤ ਸਾਰੇ ਲੋਕ ਆਏ ਸੈਲੀਬ੍ਰਿਟੀ ਇੱਧਰ ਹੁਣ ਸਿੱਧੂ ਮੂਸੇ ਵਾਲਾ ਆ ਗਏ ਤੁਸੀਂ ਵੀ ਉਸ ਇਲਾਕੇ ਚੋਂ ਮਾਨਸਾ ਬਰਨਾਲਾ ਬਠਿੰਡਾ ਮਾ ਇਹ ਸਾਰਾ ਏਰੀਆ ਇੱਕੋ ਹੀ ਹੈਗਾ ਤੁਹਾਨੂੰ ਲੱਗਦਾ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ ਨਹੀਂ ਮੈਂ ਤਾਂ ਕੋਈ ਇਲਾਕਾ ਹਾਂ ਮੈਂ ਅਜੇ ਕਿਉਂ ਇਹਨਾਂ ਨੇ ਕੋਈ ਆਪਣੀ ਪਰਫਾਰਮੈਂਸ ਨਹੀਂ ਦਿਖਾਈ ਜਿਹੜੇ ਪਲੇਅਰ ਨੇ ਹਜੇ ਕੋਈ ਬੈਟਿੰਗ ਕੀਤੀ ਹੋਈ ਨਹੀਂ ਉਹਨੂੰ ਉਹਦੇ ਵਾਰੀ ਪਹਿਲਾਂ ਕਿਵੇਂ ਕਹਿ ਦਈਏ ਕਿ ਇਹਨੂੰ ਬੈਟਿੰਗ ਨਹੀਂ ਆਉਂਦੀ ਜਾਂ ਇਹ ਇਹ 50 ਤੇ ਆਊਟ ਹੋਊਗਾ ਜਾਂ ਸੈਂਚਰੀ ਬਣਾਊਗਾ ਉਹਦੇ ਗੜ 'ਚ ਤੁਸੀਂ ਬੜੀ ਵੱਡੀ ਰੈਲੀ ਕਰਕੇ ਆਇਆ ਮੈਂ ਤਾਂ ਉਹ ਤਾਂ ਮੈਂ ਜਿੱਥੇ ਵੀ ਜਾਂਦਾ ਰੈਲੀ ਹੋ ਜਾਂਦੀ ਹੈ ਵਧੀਆ ਲੋਕ ਪਿਆਰ ਕਰਦੇ ਆ ਉਹ ਮੈਂ ਕੋਈ ਸਿੱਧੂ ਮੂਸੇਵਾਲਾ ਕਰਕੇ ਥੋੜੀ ਕਰਕੇ ਆਇਆ ਕਿ ਉਹਦੇ ਵਿਰੁੱਧ ਕਰਕੇ ਆਇਆ ਮਤਲਬ ਉਹਦੇ ਆਪ ਦੇ ਕੈਂਡੀਡੇਟ ਦੇ ਹੱਕ 'ਚ ਕਰਕੇ ਆ ਮਾਨ ਸਰ